ਖਬਰਾਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਨੇਕੀ ਦੀ ਬੱਦੀ ਤੇ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਬੱਸੀ ਪਠਾਣਾ ਦੇ ਦੁਸ਼ਹਿਰਾ ਗਰਾਊਂਡ 'ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੁਸ਼ਹਿਰੇ ਗਰਾਊਂਡ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਪੁਤਲੇ ਦੇਖਣ ਨੂੰ ਮਿਲੇ। ਵਿਜੇ ਦਸ਼ਮੀ ਦੇ ਦਿਨ ਭਗਵਾਨ ਰਾਮ ਨੇ ਬੁਰਾਈ ਅਤੇ ਅਧਰਮ ਦੇ ਪਾਲਕ ਰਾਵਣ ਨੂੰ ਮਾਰਿਆ ਸੀ ਅਤੇ ਅਧਰਮ ਤੇ ਧਰਮ ਦੀ ਜਿੱਤ ਹੋਈ ਸੀ। ਇਸ ਮੌਕੇ ਤੇ ਮੁੱਖ ਮਹਿਮਾਨ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ, MP ਡਾਕਟਰ ਅਮਰ ਸਿੰਘ, ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ GP ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਬਸੀ ਪਠਾਣਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਚ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਤੇ MP ਡਾਕਟਰ ਅਮਰਜੀਤ ਸਿੰਘ, ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ GP ਨੇ ਬੋਲਦਿਆਂ ਕਿਹਾ, ਜਿੱਥੇ ਦੇਸ਼ ਤੇ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਵਧਾਈ ਦਿੱਤੀ, ਉੱਥੇ ਹੀ ਭਗਵਾਨ ਰਾਮ ਚੰਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਆਗਿਆਕਾਰੀ ਬਤੀਤ ਕਰਨ ਦੀ ਗੱਲ ਆਖੀ। ਬਸੀ ਪਠਾਣਾ ਵਿੱਚ ਆਪਸੀ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਹੈ ਤੇ ਜਿੱਥੇ ਸ਼ਹਿਰ ਵਾਸੀ ਰਲ ਮਿਲ ਕੇ ਸਾਰੇ ਤਿਉਹਾਰ ਮਨਾਉਂਦੇ ਨੇ। MP ਅਮਰ ਸਿੰਘ ਵੱਲੋਂ ਆਪਣੇ ਫੰਡ ਵਿੱਚੋਂ ਰਾਮਲੀਲਾ ਕਮੇਟੀ ਨੂੰ ਦੁਸ਼ਹਿਰਾ ਗਰਾਊਂਡ ਵਿੱਚ ਸਟੇਜ ਨਿਰਮਾਣ ਅਤੇ ਹੋਰ ਸਹੂਲਤਾਵਾਂ ਲਈ 2,51,000 ਦੇਣ ਦਾ ਐਲਾਨ ਕੀਤਾ ਹੈ। ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਮਨੋਜ ਭੰਡਾਰੀ ਨੇ ਕਿਹਾ ਕਿ ਰਾਮਲੀਲਾ ਦੀ ਧਾਰਮਿਕ ਸਟੇਜ ਅਤੇ ਅਸ਼ਲੀਲਤਾ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਪਵਿੱਤਰ ਅਤੇ ਧਾਰਮਿਕ ਸਟੇਜ ਹੈ, ਇੱਥੇ ਅਸ਼ਲੀਲਤਾ ਲਈ ਕੋਈ ਥਾਂ ਨਹੀਂ। ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ, ਆਓ ਮਾਰਦੇ ਪੂਰੀ ਖ਼ਬਰ ਤੇ ਨਜ਼ਰ। ਮੈਂ ਦੁਸ਼ਹਿਰਾ ਦੇ ਪਾਵਨ ਤਿਉਹਾਰ ਪਵਿੱਤਰ ਤਿਉਹਾਰ ਤੇ ਸਾਰੇ ਬਸੀ ਪਠਾਣਾ ਦੇ ਨਾਗਰਿਕਾਂ ਨੂੰ, ਭੈਣਾਂ ਭਰਾਵਾਂ ਨੂੰ, ਬੱਚਿਆਂ ਨੂੰ, ਸਭ ਨੂੰ ਸ਼ੁਭ ਕਾਮਨਾਵਾਂ ਪੇਸ਼ ਕਰਦਾ ਵਾ। ਔਰ ਇਸ ਤਿਉਹਾਰ ਤੇ ਅਹੰਕਾਰ ਦੀ, ਪਾਪ ਦੀ ਹਾਰ ਹੋਈ ਆ, ਸੱਚ ਦੀ ਜਿੱਤ ਹੋਈ ਆ। ਇਹ ਆਪਾਂ ਨੂੰ ਇਹ ਤਿਉਹਾਰ ਹੈ ਔਰ ਆਪਾਂ ਨੂੰ ਭਗਵਾਨ ਰਾਮ ਦੇ, ਭਗਵਾਨ ਲਕਸ਼ਮਣ ਜੀ, ਮਾਤਾ ਸੀਤਾ ਜੀ, ਹਨੂੰਮਾਨ ਜੀ, ਸਾਰਿਆਂ ਦੇ ਉਹਨਾਂ ਦੇ ਜੋ ਚਰਿੱਤਰ ਨੇ, ਉਹਨਾਂ ਨੇ ਜਿਹੜੇ ਕੰਮ ਕੀਤੇ ਆ, ਉਹਨਾਂ ਤੋਂ ਸਾਰਿਆਂ ਤੋਂ ਸਿੱਖ ਲੈਣੀ ਚਾਹੀਦੀ ਆ, ਸਾਨੂੰ ਸਿੱਖਣਾ ਚਾਹੀਦਾ ਔਰ ਸਮਾਜ 'ਚ ਜਿੰਨੀਆਂ ਵੀ ਕੁਰੀਤੀਆਂ ਨੇ ਉਹਨਾਂ ਨੂੰ ਖਤਮ ਕਰਨੀਆਂ ਚਾਹੀਦੀਆਂ ਨੇ। ਔਰ ਮੈਂ 2,50,000 ਰੁਪਇਆ 2,51,000 ਦੁਸ਼ਹਿਰਾ ਕਮੇਟੀ ਬਸੀ ਪਠਾਣਾ ਨੂੰ ਆਪਣੇ ਫੰਡ 'ਚੋਂ ਦੇਵਾਂਗਾ ਕਿ ਉਹ ਆਪਣਾ ਇੱਥੇ ਸ਼ੈੱਡ ਵਗੈਰਾ ਸਾਰਾ ਕੁਛ ਬਣਾ ਲੈਣ। ਦੁਸ਼ਹਿਰੇ ਦੇ ਪਾਵਨ ਪਵਿੱਤਰ ਤਿਉਹਾਰ ਤੇ ਮੈਂ ਲੱਖ ਲੱਖ ਮੁਬਾਰਕਬਾਦ ਦਿੰਦਾ ਬਸੀ ਨਿਵਾਸੀਆਂ ਨੂੰ ਤੇ ਚੇਚੇ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਅਮਰ ਸਿੰਘ ਜੀ ਦਾ, ਜਿਨ੍ਹਾਂ ਨੇ ਜਿਹੜੀ ਰਾਮਲੀਲਾ ਕਮੇਟੀ ਹੈ, ਜਿਹੜੇ ਦੁਸ਼ਹਿਰਾ ਔਰਗਨਾਈਜ਼ ਕਰਦੇ ਆ, ਉਹਨਾਂ ਨੂੰ 2,51,000 ਦਿੱਤਾ। ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਤੇ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਬੇਨਤੀ ਕਰਾਂਗਾ, ਹਮੇਸ਼ਾ ਜਿਵੇਂ ਆਪਾਂ ਇਕੱਠੇ ਹਾਂ, ਸਾਰੇ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਇਕੱਠੇ ਹੋਈਏ ਅਤੇ ਹਰ ਤਿਉਹਾਰ ਆਪਾਂ ਇਕੱਠੇ ਹੋ ਕੇ ਮਨਾਈਏ, ਇਹੀ ਵਧੀਆ ਸੰਦੇਸ਼ ਦਿੱਤਾ ਜਾਂਦਾ ਹੈ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ। ਜੈ ਸੀਤਾ ਰਾਮ, ਜੈ ਸੀਤਾ ਰਾਮ, ਜੈ ਸੀਤਾ ਰਾਮ। ਸਰ, ਪ੍ਰਥਮ ਸਭੀ ਸ਼ਹਿਰ ਨਿਵਾਸੀਓ ਔਰ ਦੇਸ਼ ਵਾਸੀਓ ਕੋ ਦੁਸ਼ਹਿਰਾ ਪਰਵ ਕੀ ਹਾਰਦਿਕ ਸ਼ੁਭਕਾਮਨਾਏ। ਸ਼੍ਰੀ ਰਾਮਲੀਲਾ ਕਮੇਟੀ ਕੀ ਤਰਫ ਸੇ ਆਜ ਦੁਸ਼ਹਿਰਾ ਉਤਸਵ ਕੇ ਉਪਲਕਸ਼ ਮੇ ਭਵਯ ਸ਼ੋਭਾ ਯਾਤਰਾ ਕਾ ਆਯੋਜਨ ਕੀਆ ਗਿਆ, ਜੋ ਅਗਰਵਾਲ ਧਰਮਸ਼ਾਲਾ ਸੇ ਸ਼ੁਰੂ ਹੋਕਰ ਮੁਖਯ ਬਾਜ਼ਾਰੋਂ ਸੇ ਹੋਤੀ ਹੋਈ ਦੁਸ਼ਹਿਰਾ ਮੈਦਾਨ ਮੇ ਸੰਪੰਨ ਹੋਈ, ਜਹਾਂ ਪਰ ਭੂਵਿਕਸ਼ਣ ਦੁਆਰਾ ਰਾਵਣ ਔਰ ਕੁੰਭਕਰਨ ਕੇ ਪੁੱਤਰੋਂ ਕੋ ਅਗਨੀ ਦੀ ਗਈ। ਔਰ ਸਭੀ ਸ਼ਹਿਰ ਨਿਵਾਸੀਓਂ ਕੋ ਏਕ ਬਾਰ ਫਿਰ ਬਹੁਤ ਬਹੁਤ ਵਧਾਈ। ਜੀ ਹਾਂ, ਬਸੀ ਪਠਾਣਾ ਮੇ ਦੋ ਰਾਮਲੀਲਾਏ ਹੋਤੀ ਹੈ, ਕਿਉਂਕਿ ਏਕ ਤੋ ਜਗ੍ਹਾ ਕੀ ਬਹੁਤ ਕਮੀ ਹੈ, ਏਕ ਅਗਰਵਾਲ ਧਰਮਸ਼ਾਲਾ ਮੇ, ਏਕ ਸਿਟੀ ਮੈਦਾਨ ਮੇ। ਅਗਰ ਕੋਈ ਬੜਾ ਗਰਾਊਂਡ ਹੋ ਤੋ ਹਮ ਇਸਮੇ ਵੀ ਵਿਚਾਰ ਕਰ ਸਕਤੇ ਹੈ ਕਿ ਏਕ ਹੀ ਹੋ ਜਾਏ, ਲੇਕਿਨ ਪਬਲਿਕ ਕਾ ਆਨਾ ਔਰ 500-400 ਬੰਦੇ ਕੀ ਗੈਦਰਿੰਗ ਹੋਤੀ ਹੈ ਤੋ ਲੋਕ ਹੋਤੇ ਹੈ ਜ਼ਿਆਦਾ ਦੇਖਣੇ ਵਾਲੇ, ਤੋ ਇਸ ਲਈ ਦੋ ਜਗ੍ਹਾ ਪੇ ਹੋਤੀ ਹੈ। ਹਮ ਚਾਹਤੇ ਹੈ ਕਿ ਅਗਰ 3 ਵੀ ਹੋ, 4 ਵੀ ਹੋ, ਲੇਕਿਨ ਪ੍ਰਭੂ ਰਾਮ ਕਾ ਨਾਮ ਹੋਣਾ ਚਾਹੀਏ, ਤੋ ਇਸਮੇ ਕੋਈ ਬੁਰਾਈ ਨਹੀਂ ਹੈ। ਸ਼੍ਰੀ ਰਾਮਲੀਲਾ ਕਮੇਟੀ ਨੇ ਬਹੁਤ ਭਰਕਰ ਪ੍ਰਯਾਸ ਕੀਆ ਹੈ ਪਿਛਲੇ 3-4-5-6 ਸਾਲੋਂ ਸੇ,
उसका रिजल्ट हमें ये मिल रहा है कि बच्चे का रुझान धर्म के प्रति बहुत बढ़ रहा है। हर साल 5-6 से नए बच्चे जो कि प्रभु श्री राम की लीलाओं के साथ जुड़ रहे हैं और लीलाओं में रुचि ले रहे हैं, पात्र रोल कर रहे हैं, तो हमें बहुत खुशी है कि जो काम श्री रामलीला कमेटी कर रही है उससे हम पूर्ण संतुष्ट है। सर प्रथम तो मैं ये कहना चाहूँगा कि श्री रामलीला कमेटी बसी पठाना में जो श्री रामलीला का मंचन होता है ये सबसे पुरानी संस्था है और इसमें मर्यादा का पूर्ण ध्यान रखा जाता है। तो मैं सभी जो बाकी रामलीलाए नाटक क्लब हैं, जो ड्रामेटिक क्लब हैं, उनसे यही निवेदन करूँगा कि अपने धर्म के प्रति आदरणीय वो शुभ चिंतक बने, क्योंकि अगर हम ही ऐसा करेंगे तो दूसरों को क्या मिसाल देंगे। प्रभु श्री राम की सिखाई हुई शिक्षाओं पर चलना चाहिए और सभी को धर्म के प्रति धर्म के मर्यादा में रहकर कार्य करने चाहिए। एक्चुअली ये तो ये है कि ये होना ही नहीं चाहिए पहले तो, ठीक है जी। तो पब्लिक, अगर पब्लिक कहेगी तो ये करो वो करो, तो हमारा तो हमें तो देखना है ना कि हमारा धर्म क्या इजाज़त देता है, तो उनको मैनेजमेंट को देखना चाहिए कि हमें ये नहीं करना चाहिए। क्यों नहीं, नहीं और कुछ कह रहे जो बाकी जो है कि जो सीन के हिसाब से होता है मर्यादा में रहकर वही कार्य करना चाहिए। श्री फतेहगढ़ साहिब तो सरबजीत कौर की रिपोर्ट।